ਦੇ ਡੈਡੀ 17 ਜੁਲਾਈ 1999 ਨੂੰ ਕਾਰਗਿਲ ਯੁੱਧ ਵਿੱਚ ਸ਼ਹੀਦ ਹੋ ਗਏ ਤੇ ਠੀਕ ਹੈ ਜੀ ਸਾਡਾ ਸਰਕਾਰ ਨੇ ਉਦੋਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਾਡੇ ਨਾਲ ਸੈਂਟਰ ਸਰਕਾਰ ਨੇ ਵੀ ਕੀਤੇ ਪੰਜਾਬ ਸਰਕਾਰ ਨੇ ਵੀ ਵਾਅਦੇ ਬਹੁਤ ਵੱਡੇ ਕੀਤੇ ਸਾਡੇ ਨਾਲ ਪਰ ਸਾਡੇ ਨਾਲ ਜੋ ਵਾਅਦੇ ਕੀਤੇ ਗਏ ਸਾਡੇ ਨਾਲ ਨਹੀਂ ਨਿਭਾਏ ਗਏ ਬਹੁਤ ਦੁੱਖ ਲੱਗਿਆ ਉਸ ਵੇਲੇ ਸਾਨੂੰ ਆਪਣੇ ਆਪ ਦੀ ਜਿਸ ਵੇਲੇ ਡੈਡ ਬੋਡੀ ਲੈ ਕੇ ਆਏ ਨੇ ਇੱਥੇ ਸਾਡੇ ਆਪਣੇ ਉਸ ਵੇਲੇ ਜੀ ਸਹੁਰਾ ਸਾਹਿਬ ਵੀ ਸਾਡਾ ਅਸੀਂ ਵੀ ਦੋਨੇ ਸਹੁਰੇ ਕੋਲ ਪਿੱਛੇ ਜਾ ਪਏ ਸੱਸ ਸਾਡੀ ਨੂੰ ਸੋਚ ਨਾ ਵੀ ਕਿੱਥੇ ਬੈਠੀ ਕਿੱਥੇ ਖੜੀ ਹੈ ਜਦੋਂ ਸਾਡੇ ਮਾਪਿਆਂ ਨੂੰ ਉਸ ਵੇਲੇ ਕਿਹਾ ਤਾਂ ਵੀ ਤੁਹਾਨੂੰ ਪੰਜਾਬ ਸਰਕਾਰ ਇੱਕ ਬੱਚੇ ਨੂੰ ਨੌਕਰੀ ਦੇਊਂਗੀ ਤੁਹਾਡੇ ਨੂੰ ਸਾਨੂੰ ਪੰਜਾਬ ਸਰਕਾਰ ਨੇ ਨੌਕਰੀ ਵੀ ਨਹੀਂ ਦਿੱਤੀ ਔਰ ਪੰਜਾਬ ਸਰਕਾਰ ਨੇ ਔਰ ਸੈਂਟਰ ਸਰਕਾਰ ਨੇ ਕਿਹਾ ਤਾਂ ਵੀ ਇਹਨਾਂ ਦੇ ਪਰਿਵਾਰ ਨੂੰ ਪੈਟਰੋਲ ਪੰਪ ਜਾਂ ਗੈਸ ਏਜੰਸੀ ਜਾਂ ਬੱਸ ਪਰਮਿਟ ਦਿੱਤਾ ਜਾਊਂਗਾ ਪਰ ਜਦਕਿ ਸਾਡੀ ਉਹ ਵੀ ਪੁਕਾਰ ਨਹੀਂ ਸੁਣੀ ਗਈ ਸਾਨੂੰ ਕੁਛ ਨਹੀਂ ਦਿੱਤਾ ਗਿਆ ਭਾਰਤ ਤੇ ਪਾਕਿਸਤਾਨ ਵਿਚਕਾਰ 1999 'ਚ ਹੋਈ ਕਾਰਗਿਲ ਜੰਗ ਸਮੇਂ ਭਾਰਤੀ ਸੈਨਾ ਦੇ ਜੋ ਨੌਜਵਾਨ ਸ਼ਹੀਦ ਹੋਏ ਸੀ ਉਹਨਾਂ 'ਚ ਇੱਕ ਨੌਜਵਾਨ ਗੜਸ਼ੰਕਰ ਦੇ ਪਿੰਡ ਬਿੰਨੇਵਾਲ ਦਾ ਕਾਰਗਿਲ ਸ਼ਹੀਦ ਬਲਦੇਵ ਰਾਜ ਵੀ ਸ਼ਾਮਿਲ ਸੀ ਪਰਿਵਾਰ ਦੇ ਦੱਸਣ ਮੁਤਾਬਿਕ ਜੋ ਵਾਅਦਾ ਪੰਜਾਬ ਦੀ ਕੇਂਦਰ ਸਰਕਾਰ ਨੇ ਉਹਨਾਂ ਨਾਲ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਗਿਆ ਉਹਨੇ ਕਿਹਾ ਕਿ ਨਾ ਹੀ ਸਰਕਾਰ ਦੇ ਵੱਲੋਂ ਪੈਟਰੋਲ ਪੰਪ ਜਾਂ ਫਿਰ ਗੈਸ ਏਜੰਸੀ ਦਿੱਤੀ ਗਈ ਮੇਰਾ ਨਾਮ ਧਰਮ ਸਿੰਘ ਹੈ ਮੈਂ ਸ਼ਹੀਦ ਬਲਦੇਵ ਰਾਜ ਦਾ ਪੁੱਤਰ ਹਾਂ ਮੇਰੇ ਡੈਡੀ 17 ਜੁਲਾਈ 1999 ਨੂੰ ਕਾਰਗਿਲ ਯੁੱਧ ਵਿੱਚ ਸ਼ਹੀਦ ਹੋ ਗਏ ਤੇ ਠੀਕ ਹੈ ਜੀ ਸਾਡਾ ਸਰਕਾਰ ਨੇ ਉਦੋਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਾਡੇ ਨਾਲ ਸੈਂਟਰ ਸਰਕਾਰ ਨੇ ਵੀ ਕੀਤੇ ਪੰਜਾਬ ਸਰਕਾਰ ਨੇ ਵੀ ਵਾਅਦੇ ਬਹੁਤ ਵੱਡੇ ਕੀਤੇ ਸਾਡੇ ਨਾਲ ਪਰ ਸਾਡੇ ਨਾਲ ਜੋ ਵਾਅਦੇ ਕੀਤੇ ਗਏ ਸਾਡੇ ਨਾਲ ਨਹੀਂ ਨਿਭਾਏ ਗਏ ਜਦੋਂ ਕੋਈ ਸਾਡੇ ਮਾਪੇ ਦੇ ਜੋ ਅਨਪੜ੍ਹ ਅਤੇ ਅਨਪੜ੍ਹ ਹੋਣ ਦਾ ਉਹਦਾ ਨਜਾਇਜ਼ ਫਾਇਦਾ ਉਠਾਇਆ ਸਰਕਾਰਾਂ ਨੇ ਉਸ ਵੇਲੇ ਸਰਕਾਰਾਂ ਨੇ ਸਾਨੂੰ ਕਿਹਾ ਤਾਂ ਸਾਡੇ ਮਾਪਿਆਂ ਨੂੰ ਜਦੋਂ ਮੈਂ ਉਸ ਵੇਲੇ 10 ਸਾਲ ਦਾ ਤਾ ਜਦੋਂ ਸਾਡੇ ਮਾਪਿਆਂ ਨੂੰ ਉਸ ਵੇਲੇ ਕਿਹਾ ਤਾਂ ਵੀ ਤੁਹਾਨੂੰ ਪੰਜਾਬ ਸਰਕਾਰ ਇੱਕ ਬੱਚੇ ਨੂੰ ਨੌਕਰੀ ਦੇਊਂਗੀ ਤੁਹਾਡੇ ਨੂੰ ਸਾਨੂੰ ਪੰਜਾਬ ਸਰਕਾਰ ਨੇ ਨੌਕਰੀ ਵੀ ਨਹੀਂ ਦਿੱਤੀ ਔਰ ਪੰਜਾਬ ਸਰਕਾਰ ਨੇ ਔਰ ਸੈਂਟਰ ਸਰਕਾਰ ਨੇ ਕਿਹਾ ਤਾਂ ਵੀ ਇਹਨਾਂ ਦੇ ਪਰਿਵਾਰ ਨੂੰ ਪੈਟਰੋਲ ਪੰਪ ਜਾਂ ਗੈਸ ਏਜੰਸੀ ਜਾਂ ਬੱਸ ਪਰਮਿਟ ਦਿੱਤਾ ਜਾਊਂਗਾ ਪਰ ਜਦਕਿ ਸਾਡੀ ਉਹ ਵੀ ਪੁਕਾਰ ਨਹੀਂ ਸੁਣੀ ਗਈ ਸਾਨੂੰ ਕੁਛ ਨਹੀਂ ਦਿੱਤਾ ਗਿਆ ਔਰ ਜਦਕਿ ਅਸੀਂ ਕੋਈ ਅਪਲਾਈ ਕੀਤਾ ਜਦੋਂ ਆਪਣਾ ਪੈਟਰੋਲ ਪੰਪ ਕੀਤਾ ਅਪਲਾਈ ਗੈਸ ਏਜੰਸੀ ਅਪਲਾਈ ਕੀਤੀ ਔਰ ਸਾਡੀ ਮਾਤਾ ਪਰ ਉਹਨੇ ਓਬਜੈਕਸ਼ਨ ਲਗਾ ਦਿੱਤਾ ਅਨਪੜ੍ਹ ਹੋਣ ਦਾ ਜਦਕਿ ਇਹ ਓਬਜੈਕਸ਼ਨ ਬਣਦਾ ਨਹੀਂ ਹੈ ਸ਼ਹੀਦ ਦੇ ਪਰਿਵਾਰ ਨੂੰ ਇਹ ਓਬਜੈਕਸ਼ਨ ਨਹੀਂ ਬਣਦਾ ਜਦੋਂ ਅਸੀਂ ਹੁਣ ਵੱਡੇ ਹੋਏ ਸਾਨੂੰ ਪਤਾ ਲੱਗਿਆ ਸਾਨੂੰ ਨਹੀਂ ਪਤਾ ਸੀ ਉਸ ਵੇਲੇ ਬਹੁਤ ਅਸੀਂ ਮੰਦਭਾਗੀ ਹਾਲਤ ਵਿੱਚ ਇਸ ਵੇਲੇ ਗੁਜ਼ਰ ਰਹੇ ਹਾਂ ਅਸੀਂ ਦਿਹਾੜੀ ਕਰਕੇ ਗੁਜ਼ਾਰਾ ਕਰ ਰਹੇ ਹਾਂ ਆਪਣੇ ਪਰਿਵਾਰ ਦਾ ਕਰ ਰਹੇ ਹਾਂ ਸਾਨੂੰ ਨਾ ਸੈਂਟਰ ਸਰਕਾਰ ਨੇ ਪੁੱਛਿਆ ਨਾ ਸਾਨੂੰ ਪੰਜਾਬ ਸਰਕਾਰ ਨੇ ਪੁੱਛਿਆ ਅਸੀਂ ਇਸ ਵੇਲੇ ਬਹੁਤ ਜ਼ਿਆਦਾ ਤੰਗੀ 'ਚ ਹੈ ਜੀ ਹਾਂਜੀ ਉਹਨਾਂ ਦੇ ਸ਼ਹੀਦ ਬਲਦੇਵ ਰਾਜ ਡੈਡੀ ਜੀ ਦੇ ਨਾਂ 'ਤੇ ਸਾਡੇ ਦੇ ਸਕੂਲ ਦਾ ਨਾਮ ਰੱਖਿਆ ਗਿਆ ਇੱਕ ਤਾਂ ਜਦਕਿ ਉਹ 2000 ਵਿੱਚ ਸੈਕਸ਼ਨ ਹੋ ਗਿਆ ਤਾ ਜੋ ਕਿ ਕਾਗਜ਼ਾਂ ਦੇ ਵਿੱਚ ਠੀਕ ਹੈ ਜੀ ਜਦਕਿ ਕੁਛ ਸ਼ਰਾਰਤੀ ਅਨਸਰ ਹੋਣ ਦੇ ਬਾਵਜੂਦ ਕੁਛ ਬੰਦੇ ਸਾਡੇ ਨਾਲ ਅਤੇ ਕੁਛ ਸ਼ਰਾਰਤੀ ਅਨਸਰ ਅਤੇ ਉਹਨੇ ਨਾਂ ਨਹੀਂ ਹੋਣ ਦਿੱਤਾ ਸਕੂਲ ਦਾ ਨਾਂ ਜਦਕਿ ਕਾਗਜ਼ਾਂ 'ਚ ਨਾਂ 2000 ਦਾ ਚੱਲਦਾ ਤਾ ਅਸੀਂ ਬਹੁਤ ਜੱਦੋ ਜਹਿਦ ਕੀਤੀ ਕੁਛ ਬੰਦੇ ਸਾਡੇ ਪਿੰਡ ਦੇ ਸਾਡੇ ਨਾਲ ਅਤੇ ਉਹਨੇ ਜੱਦੋ ਜਹਿਦ ਕੀਤੀ ਜੱਦੋ ਜਹਿਦ ਹੋਣ ਦੇ ਬਾਅਦ 2021 ਵਿੱਚ ਉਹਦਾ ਨਾਂ ਸਕੂਲ 'ਤੇ ਲਿਖਿਆ ਗਿਆ ਔਰ ਸਕੂਲ ਦੇ ਆਪਣੇ ਡਾਕੂਮੈਂਟਾਂ 'ਤੇ ਸਕੂਲ ਦਾ ਨਾਂ ਹੁਣ ਆ ਰਿਹਾ ਡੈਡੀ ਉਹਦੇ ਨਾਂ 'ਤੇ ਇੱਕ ਮਾਰਗ ਬਣਿਆ ਹੋਇਆ ਹੈ 2007 ਵਿੱਚ ਮਾਰਗ ਬਣਿਆ ਉਹ ਡੈਡੀ ਦਾ ਪਿੰਡ ਝੁੰਗੀ ਤੋਂ ਲੈ ਕੇ ਮਹਿਤਮਾਣੀ ਤੱਕ 4.5 ਕਿਲੋਮੀਟਰ ਦਾ ਮਾਰਗ ਹੈ ਜੋ ਕਿ ਡੈਡੀ ਦੇ ਨਾਂ 'ਤੇ ਬਣਿਆ ਗਿਆ ਕੁਛ ਨਹੀਂ ਸਾਡੇ ਪਿੰਡ ਨੂੰ ਕੁਛ ਨਹੀਂ ਹੈ ਆਪਣੇ ਸਰਕਾਰ ਦਾ ਦੇਣ ਪਿੰਡ ਨੂੰ ਤਾਂ ਉਹਨੇ ਕਿਹਾ ਦੇਣਾ ਉਹਨੇ ਜਦੋਂ ਸਰਕਾਰਾਂ ਨੇ ਸਾਨੂੰ ਨਾ ਦਿੱਤਾ ਕੁਛ ਵੀ ਤਾਂ ਉਹਨੇ ਪਿੰਡ ਨੂੰ ਕਿਹਾ ਦੇਣਾ ਸਰਕਾਰਾਂ ਨੇ ਅਸੀਂ 17 ਜੁਲਾਈ ਨੂੰ ਹਰ ਸਾਲ 17 ਜੁਲਾਈ ਨੂੰ ਡੈਡੀ ਦਾ ਸ਼ਹੀਦੀ ਦਿਨ ਮਨਾਉਂਦੇ ਹੈ ਕੋਈ ਸਾਡੇ ਕਿਸੇ ਨੇ ਆਪਣੇ ਪਿੰਡ ਤੋਂ ਛੁੱਟ ਔਰ ਸਾਡੇ ਰਿਸ਼ਤੇਦਾਰਾਂ ਤੋਂ ਛੁੱਟ ਸਾਡੇ ਨਾਲ ਕਿਸੇ ਨੇ ਸਰਕਾਰ ਕੋਈ ਕਦੋਂ ਕਦੇ ਨਹੀਂ ਖੜਦੀ ਹੈਗੇ 15 ਅਗਸਤ ਹੁੰਦੀ ਹੈ 26 ਜਨਵਰੀ ਹੁੰਦੀ ਹੈ ਇਹ ਨਹੀਂ ਕੁਛ ਵੀ ਨਹੀਂ ਆਪਣੇ ਸਾਡੇ ਨਾਲ ਕਦੇ ਵੀ ਸਰਕਾਰ ਨੇ ਸਾਨੂੰ ਨਾ ਸੱਦਿਆ ਕਿਤੇ ਪਾਸੇ ਜੇ ਮੰਨ ਲਓ ਸੱਦਦੇ ਹੈ ਤਾਂ ਉੱਥੇ ਜਾ ਕੇ ਜਾਂਦੇ ਆ ਜਾ ਕੇ ਬਿਠਾਲਦੇ ਆ ਚਾਹ ਪਾਣੀ ਪਿਲਾ ਕੇ ਇੱਦੇ ਸਾਨੂੰ ਤੋੜ ਦਿੰਦੇ ਆ ਹਾਂ ਲਿਖ ਕੇ ਲੈ ਲੈਂਦੇ ਆ ਹਾਂਜੀ ਤੁਹਾਡਾ ਕੰਮ ਕੀਤਾ ਜਾਊਂਗਾ ਜੀ ਪਰ ਮੁੜ ਕੇ ਨਹੀਂ ਸਾਰਾ ਲੈ ਜਾਂਦੀਆਂ ਸਾਡੀਆਂ ਬਹੁਤ ਦੁੱਖ ਲੱਗਿਆ ਉਸ ਵੇਲੇ ਸਾਨੂੰ ਆਪਣੇ ਆਪ ਦੀ
जिस वेले डेड बॉडी लेके आए ने इतने साढ़े अपने तो उस वेले सोहरा साहब भी साढ़ा अस भी दोनों सोहरा पिछे जा पे सस साड़ी ने सुरत नाती कोई भी पे कितने बैठी कितने खड़ी है उस वेले साढ़े मर मुक गए अस सारे एको पुत्र सा मापिया का एको भैन भाई से दोनों होर कोई ना तो साढ़े ना बहुत साढ़े ना माड़ी हो जी बहुत थके ठेडे गांधे मेरे बच्चे हूँ आए तीन चार बजे आए खेता से दिहाड़ी भी ना कोई लाता इन्हों बहता ना कोई भी ना कोई काम हाँ जी हूँ अपना यह खेतीबाड़ी का माड़ा मोटा करते होर क्या करना टाइम तो पास करना ही है। शहीद बलदेव राज कारगिल के शहीद जड़े शहीद कौम का शहीद देश का सरमाया होंगे ने ते असी माण ते फकर महसूस करते हैं कि उस कारगिल के युद्ध साढ़े महान योधे ने जिथे साढ़े पिंड का ना रोशन किया उत्थे इलाके का समूह इलाके का ना रोशन किया उन्होंने ना तो गेट तो मेन झुंगियां अड्डिया बनिया तो रस्ता बनिया सड़क बनिया पर उन्होंने ना तो साडा सीनियर सैकेंडरी स्कूल बीनेवाल का जिहड़ा पुराना सब तो इस इलाके का वड्डा स्कूल सी वह बनिया होया शहीदां दे ना ते रोटियां सिकदियां पर प्रैक्टिकल ग्राउंड ते कोई इहो जिही वाली डिवेलपमेंट नहीं दिखती सड़कां दा माड़ा हाल है ते स्कूलां च टीचरां दा उसे स्कूल च टीचरां दी बहुत वड्डी घाट है ते असीं आस ते उम्मीद करदे हां कि देश दे ओ लोक जिन्हां ने देश दे योगदान बहुत वड्डा योगदान पाया कुरबानी कीती है देश दा सरमाया ने उन्हां ते प्रैक्टिकल धरती ते ओ जिहड़ा कुछ भी है वह लागू होना चाहिए है असीं आस ते उम्मीद करते हैं सरकारां फौरी तौर पर साडे पिंड बीनेवाल का जिहड़ा है वह पहल के आधार पर जिथे शहीद ने साडा नाम रोशन किया उत्थे डिवेलपमेंट पक्ष की कोई यह जी चीज़ देखने नहीं सानू मिली अज तक ना तो ही रोटियां सेकिया गई असीं आस ते उम्मीद करते हैं कि ये सरकारां जिहड़ियां है ये गौर करन ते इस इलाके इस पिंड नू साडे नू होर तरक्की ते लीहां ते लैके जाण जिहड़ी डिवेलपमेंट की गल है ते ओ कीती जावे सड़कां दी कीती जावे स्कूल दी कीती जावे होर भी जिहड़ियां पिंड दीआं मंगां ने ओ लागू कीतीआं जाण। परिवार का इल्जाम है कि केंद्र सरकार वालों मुआवजा दिता गया पर जिहड़ीआं सुविधावां देण दी गल कही गई सी ओ नहीं दित्तीआं गईआं। शहीद दे परिवार ने दस्सिआ कि ओ अपने पद्धर ते शहीद दा 17 जुलाई नूं शहीदी प्रोग्राम तो जरूर मनाते हैं पर सरकार ज प्रशासन के वलों कदे भी उन्होंने शहीदी दिहाड़ा नहीं मनाया गया। फिलहाल हुण परिवार के वलों सरकार तो किए गए वादे पूरे करने की मांग की जा रही है। होशियारपुर तो अमृत कुमार पंजाबी लोक चैनल।